ਜਾਂਦਾ ਹੈ। ਪਤਾ ਕਿਵੇਂ? ਆਤਮਕ ਤੌਰ ਤੇ ਮੌਤ ਜਿਹੜੀ ਹੈ ਨਾ ਉਹ ਤਿੰਨ ਪ੍ਰਕਾਰ ਦੀ ਹੈ, ਇੱਕ ਸਰੀਰਕ ਮੌਤ ਹੈ, ਇੱਕ ਮਾਨਸਿਕ ਮੌਤ ਹੈ ਔਰ ਇੱਕ ਆਤਮਕ ਮੌਤ ਹੈ। ਸਰੀਰਕ ਮੌਤ ਉਦੋਂ ਆਉਂਦੀ ਹੈ ਜਦੋਂ ਪਰਮੇਸ਼ਰ ਵੱਲੋਂ ਮੁੱਲ ਮੁੱਕ ਜਾਏ, ਸਵਾਸਾਂ ਦੀ ਹੈ ਨਾ ਜਿਹੜੀ ਸਾਨੂੰ ਸਮਾਂ ਮਿਲਿਆ ਹੋਇਆ, ਸਵਾਸ ਸਾਨੂੰ ਸਮਾਂ ਮਿਲਿਆ ਹੋਇਆ, ਮੁਹਲਤ ਮਿਲੀ ਹੋਈ ਹੈ, ਜਦੋਂ ਸਵਾਸ ਮੁੱਕ ਗਏ ਸਰੀਰ ਦੀ ਕਹਾਣੀ ਖਤਮ, ਸਰੀਰ ਦੀ ਕਹਾਣੀ ਖਤਮ ਹੋ ਗਈ ਨਾ। ਆਪਾਂ ਬਾਣੀ ਪੜ੍ਹੇ ਲਿਖਿਆ ਕਹਿੰਦੇ ਮੁਹਲਤ ਪੁੰਨੀ ਪਾਈ ਪੁਰੀ ਜਾਣੀ ਵਾਲਾ। ਮਾਨਸਿਕ ਤੌਰ ਤੇ ਬੰਦਾ ਹਰ ਵੇਲੇ ਹਰ ਰੋਜ਼ ਮਰਦਾ, ਹਰ ਟਾਈਮ ਮਰਦਾ ਮਾਨਸਿਕ ਤੌਰ ਤੇ, ਕਿਉਂਕਿ ਮਨ ਜਿਹੜਾ ਮਨ ਮਰਦਾ ਤੇ ਕਈ ਵਾਰੀ ਮਰਦਾ ਤੇ ਕਈ ਵਾਰੀ ਮਾਰਨਾ ਪੈਂਦਾ। ਆਤਮਕ ਤੌਰ ਤੇ ਜਿਹੜੇ ਸਾਡੇ ਚੰਗੇ ਗੁਣ ਨੇ, ਹਰ ਵਿਸਤ੍ਰਿਤ ਤੇਰੇ ਗੁਣ ਗਲਿਆ, ਆ ਤਿੰਨ ਪ੍ਰਕਾਰ ਦੀ ਮੌਤ ਹੈ। ਸਰੀਰਕ ਤੌਰ ਤੇ ਤੇ ਜਦੋਂ ਸਵਾਸ ਮੁੱਕੇ ਸਾਰਿਆਂ ਨੇ ਮਰਨਾ ਖਾਲ, ਉਹ ਮੌਤ ਕਦੋਂ ਆਉਣੀ ਹੈ ਕੋਈ ਪਤਾ ਨਹੀਂ, ਆਉਣੀ ਜ਼ਰੂਰ ਹੈ। ਮਾਨਸਿਕ ਤੌਰ ਤੇ ਹਰ ਕੋਈ ਬੰਦਾ ਮਰਦਾ, ਆਤਮਕ ਤੌਰ ਤੇ ਹਰ ਕੋਈ ਮਰਦਾ। ਹੁਣ ਪਾਤਸ਼ਾਹ ਜੀ ਨੇ ਬਚਨ ਕੀਤਾ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਚੇਤੀ ਹੁੰਦਾ, ਬੰਦਾ ਮਾਨਸਿਕ ਤੌਰ ਤੇ ਜਿਉਂਦਾ, ਬੰਦਾ ਆਤਮਕ ਤੌਰ ਤੇ ਜਿਉਂਦਾ, ਉਹ ਫਿਰ ਸਰੀਰ ਦੀ ਪਰਵਾਹ ਨਹੀਂ ਕਰਦਾ, ਕਹਿੰਦਾ ਠੀਕ ਹੈ ਜਦੋਂ ਕਹੋਗੇ ਜਿੱਥੇ ਕਹੋਗੇ ਭੰਗ ਲਿਆ ਕੇ ਕੜਾਏ ਤੇ ਕੜਾਏ ਕੜੇ ਦੀ ਕੀਮਤ ਨਹੀਂ।